ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸੈਡਲ ਟੀਵੀ, ਮੈਂ ਹਾਂ ਜਸੀ ਕੌਰ। ਨਿਊਜ਼ੀਲੈਂਡ ਦੇ ਵਿੱਚ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਪੁਲਿਸ ਤੇ ਕਾਨੂੰਨ ਦਾ ਕੋਈ ਵੀ ਡਰ ਨਹੀਂ ਹੈ। ਲਗਾਤਾਰ ਕਾਨੂੰਨ ਦੀ ਉਲੰਘਣਾ ਕਰਨਾ ਤੇ ਕ੍ਰਾਈਮ ਕਰਨਾ ਆਮ ਹੋ ਚੁੱਕਾ ਹੈ। ਤਾਜ਼ਾ ਖਬਰ ਹੈਮਿਲਟਨ ਦੀ ਹੈ, ਜਿੱਥੇ ਕਿ ਇੱਕ ਔਰਤ ਨੂੰ 4 ਘੰਟਿਆਂ ਦੇ ਵਿੱਚ 2 ਵਾਰੀ ਐਲਕੋਹਲ ਦੀ ਲਿਮਿਟ ਤੋਂ ਵੱਧ ਐਲਕੋਹਲ ਪੀ ਕੇ ਕਾਰ ਚਲਾਉਣ ਦੇ ਲਈ ਫੜਿਆ ਗਿਆ। ਹਾਲਾਂਕਿ ਉਸ ਨੂੰ ਪਹਿਲੀ ਵਾਰ ਫੜਿਆ ਗਿਆ ਤਾਂ ਪੁਲਿਸ ਕੋਈ ਡਰ ਉਸਨੇ ਨਹੀਂ ਮੰਨਿਆ, ਤੇ ਦੂਜੀ ਵਾਰ ਫਿਰ ਸਿਰਫ 4 ਘੰਟੇ ਦੇ ਵਿੱਚ ਉਸ ਨੂੰ ਫੜਿਆ ਗਿਆ। ਇਹ ਘਟਨਾ ਬੀਤੇ ਸ਼ੁੱਕਰਵਾਰ ਦੀ ਹੈ, ਜਦੋਂ ਰਾਤੀ 9 ਵਜੇ ਦੇ ਕਰੀਬ ਇੱਕ ਪਬਲਿਕ ਦੇ ਮੈਂਬਰ ਦੇ ਵੱਲੋਂ ਪੁਲਿਸ ਨੂੰ ਇਸ ਬਾਰੇ ਰਿਪੋਰਟ ਦਿੱਤੀ ਗਈ, ਜਿੱਥੇ ਦੱਸਿਆ ਗਿਆ ਕਿ ਇੱਕ ਡਰਾਈਵਰ ਬੜੇ ਖਤਰਨਾਕ ਤਰੀਕੇ ਦੇ ਨਾਲ ਕਾਰ ਚਲਾ ਰਹੀ ਸੀ। ਇਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਰੋਕਿਆ ਅਤੇ ਇਸ ਨੂੰ 28 ਦਿਨ ਦੇ ਲਈ ਡਰਾਈਵਿੰਗ ਤੋਂ ਸਸਪੈਂਡ ਕੀਤਾ ਗਿਆ ਅਤੇ ਹੈਮਿਲਟਨ ਦੇ ਵਿੱਚ ਹੀ ਇਸ ਦੇ ਘਰ ਦੇ ਵਿੱਚ ਇਸ ਨੂੰ ਛੱਡਿਆ ਗਿਆ। ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਅੱਧੀ ਰਾਤ ਤੋਂ ਬਾਅਦ ਥੇਰਾਪਾ ਰੋਡ 'ਤੇ ਇੱਕ ਵਾਰੀ ਫਿਰ ਸੇਮ ਕਾਰ ਨੂੰ ਦੁਬਾਰਾ ਦੇਖਿਆ ਗਿਆ, ਇਸ ਨੂੰ ਰੋਕਿਆ ਗਿਆ ਅਤੇ ਫਿਰ ਬਰੀ ਟੈਸਟ ਕੀਤਾ ਗਿਆ ਅਤੇ ਇਸ ਦੇ ਵਿੱਚ ਵੀ ਐਲਕੋਹਲ ਦੀ ਬਹੁਤ ਜ਼ਿਆਦਾ ਡੋਜ਼ ਇਸਨੇ ਲਈ ਹੋਈ ਸੀ। ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਅਤੇ ਇਸ ਦੀ ਕਾਰ ਨੂੰ ਵੀ 28 ਦਿਨ ਦੇ ਲਈ ਜ਼ਬਤ ਕੀਤਾ ਗਿਆ। ਫਿਲਹਾਲ ਹੁਣ ਇਸ ਨੂੰ ਹੈਮਿਲਟਨ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਪਰ ਤੁਸੀਂ ਇਸ ਖਬਰ ਤੋਂ ਜ਼ਰੂਰ ਇਹ ਦੇਖ ਸਕਦੇ ਹੋ ਕਿ ਇਹਨਾਂ ਕ੍ਰਾਈਮ ਕਰਨ ਵਾਲੇ ਲੋਕਾਂ ਨੂੰ ਪੁਲਿਸ ਦਾ ਵੀ ਕੋਈ ਡਰ ਨਹੀਂ ਹੈ।